ਸੰਗਰੂਰ ਦੇ ਲਹਿਰਾਗਾਗਾ ਥਾਣੇ 'ਚ ਪੁਲਿਸ ਦੇ ਕਬਜ਼ੇ 'ਚ ਨਜ਼ਰ ਆ ਰਹੀ ਹੈ ਬੋਰੀਆਂ 'ਚ ਉਹੀ ਨਸ਼ਾ ਹੈ ਜੋ ਪੰਜਾਬ ਦੀ ਜਵਾਨੀ ਨੂੰ ਖੋਖਲਾ ਬਣਾਉਂਦਾ ਜਾ ਰਿਹਾ ਹੈ। ਜੀ ਹਾਂ, ਇਹ ਬੋਰੀਆਂ 'ਚ ਪੂਰੇ 78,000 ਨਸ਼ੀਲੀ ਗੋਲੀਆਂ ਨੇ ਜਿਨ੍ਹਾਂ ਦੀ ਹਰਿਆਣਾ ਤੋਂ ਪੰਜਾਬ 'ਚ ਤਸਕਰੀ ਕੀਤੀ ਜਾ ਰਹੀ ਸੀ, ਪਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਕਈ ਥਾਵਾਂ 'ਤੇ ਨਾਕੇਬੰਦੀ ਕਰ ਨਸ਼ਾ ਤਸਕਰਾਂ ਦੀ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਪੁਲਿਸ ਮੁਤਾਬਿਕ ਨਸ਼ਾ ਤਸਕਰਾਂ ਨੂੰ ਇਸ ਕਾਰਵਾਈ ਦੀ ਭਣਕ ਲੱਗ ਗਈ ਤਾਂ ਉਹ ਨਸ਼ੀਲੀ ਗੋਲੀਆਂ ਖੇਤਾਂ 'ਚ ਸੁੱਟ ਕੇ ਫਰਾਰ ਹੋ ਗਏ। ਪੁਲਿਸ ਪਾਰਟੀ ਨੇ ਟੱਪੋ ਟਰੇਨ 'ਤੇ ਨਾਕਾ ਲਾਇਆ ਸੀ ਤਾਂ ਇਹ ਦੋ ਤਿੰਨੇ ਸ਼ਖਸ ਪੁਲਿਸ ਪਾਰਟੀ ਦੇ ਕੇ ਸਿਰਾਂ 'ਤੇ ਚੱਕੇ ਥੱਲੇ ਛੱਡ ਕੇ ਜੀਰੀਆਂ ਫਸਲ 'ਚੋਂ ਫਰਾਰ ਹੋ ਗਏ। ਅਤੇ ਜਦੋਂ ਥੈਲਿਆਂ ਦੀ ਸਰਚ ਕੀਤੀ ਤਾਂ ਉਹਨਾਂ ਵਿੱਚੋਂ ਦੋ ਥੈਲਿਆਂ 'ਚੋਂ 49,000 ਗੋਲੀਆਂ ਕ੍ਰੈਵੀਡੋਲ ਅਤੇ 29,000 ਜਿਹੜੀ ਗੋਲੀ ਹੈ ਅਲਪਰਾਜੋਲਮ ਦੀਆਂ ਬਰਾਮਦ ਹੋਈਆਂ। ਕੁੱਲ 78,000 ਗੋਲੀ ਨਸ਼ੀਲੀਆਂ ਗੋਲੀਆਂ ਅਸੀਂ ਬਰਾਮਦ ਕੀਤੀਆਂ ਨੇ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ, ਇਹਨਾਂ ਜਲਦੀ ਜਿਹੜੇ ਪੁਲਿਸ ਦੀ ਗ੍ਰਿਫਤ 'ਚ ਹੋਣਗੇ। ਪੰਜਾਬ 'ਚ ਨਸ਼ਾ ਲਗਾਤਾਰ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ ਤਾਂ ਪੁਲਿਸ ਨੇ ਵੀ ਜ਼ੋਰ ਸ਼ੋਰ ਨਾਲ ਨਸ਼ੀਲੇ ਸਮਾਨ ਦੀ ਤਸਕਰੀ ਕਰਨ ਵਾਲਿਆਂ 'ਤੇ ਪੈਣੀ ਨਜ਼ਰ ਬਣਾਈ ਹੋਈ ਹੈ। ਸੰਗਰੂਰ ਤੋਂ ਕੀਰਤੀ ਪਾਲ, ਜ਼ੀ ਮੀਡੀਆ।